ਹਾਂਜੀ ਸਟੂਡੈਂਟਸ ਅੱਜ ਮੈਂ ਤੁਹਾਨੂੰ ਪੰਜਾਬੀ ਵਿਆਕਰਨ ਦੇ ਵਿੱਚੋਂ ਵਾਕਬੋਧ ਕਰਵਾ ਰਹੀ ਆ ਵਾਕਬੋਧ ਕੀ ਹੁੰਦਾ ਹੈ ਵਾਕ ਦੇ ਜ਼ਰੂਰੀ ਅੰਗ ਉਦੇਸ਼ ਤੇ ਵਿਦੇ ਅਤੇ ਵਾਕ ਦੀਆਂ ਕਿਸਮਾਂ ਉਦਾਹਰਨਾ ਸਹਿਤ ਜਿਹੜਾ ਕਿ ਸਮਝਾਉਂਗੀ ਮੈਂ ਤੁਹਾਨੂੰ ਅੱਜ ਹਾਂਜੀ ਸਟੂਡੈਂਟਸ ਸਭ ਤੋਂ ਪਹਿਲਾਂ ਵਾਕਬੋਧ ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਰਚਨਾ ਦੇ ਨਿਯਮਾਂ ਅਤੇ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਉਸ ਨੂੰ ਵਾਕਬੋਧ ਕਹਿੰਦੇ ਹਨ ਵਿਆਕਰਨ ਦੇ ਜਿਸ ਭਾਗ ਦੇ ਵਿੱਚ ਵਾਕ ਰਚਨਾ ਦੇ ਨਿਯਮਾਂ ਅਤੇ ਵਾਕ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ ਉਸ ਨੂੰ ਵਾਕਬੋਧ ਕਿਹਾ ਜਾਂਦਾ ਹੈ ਤੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਕਾਈ ਮੰਨਿਆ ਗਿਆ ਹੈ ਤੁਨੀਆਂ ਦੇ ਮੇਲ ਨਾਲ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕਾਂਸ਼ ਵਾਕਾਂਸ਼ਾਂ ਤੋਂ ਉਪਵਾਕ ਅਤੇ ਉਪਵਾਕਾਂ ਤੋਂ ਵਾਕ ਦੀ ਰਚਨਾ ਹੁੰਦੀ ਹੈ। ਹਾਂਜੀ ਸਟੂਡੈਂਟਸ ਇਹ ਸੀ ਕਿ ਕਿਸੇ ਵੀ ਵਾਕ ਦੀ ਆਪਾਂ ਰਚਨਾ ਜਿਹੜੀ ਕਿ ਕਿਵੇਂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਕਿ ਧੁਨੀਆਂ ਫਿਰ ਸ਼ਬਦ ਫਿਰ ਵਾਕਣ ਚੋਂਦਾ ਫਿਰ ਵਾਕਣਸ਼ਾਂ ਤੋਂ ਅੱਗੇ ਉਪਵਾਕ ਉਪਵਾਕਾਂ ਤੋਂ ਅੱਗੇ ਵਾਕ ਇਸ ਤਰੀਕੇ ਨਾਲ ਜਿਹੜੀ ਕਿ ਵਾਕ ਦੀ ਰਚਨਾ ਹੁੰਦੀ ਹੈ। ਹਾਂਜੀ ਇਸ ਤਰ੍ਹਾਂ ਜਿਹੜੇ ਕਿ ਧੁਨੀ ਨੂੰ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਮੰਨੇ ਜਾਂਦਾ ਤੇ ਵਾਕ ਨੂੰ ਜਿਹੜੇ ਕਿ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ। ਵਾਕ ਹੁੰਦਾ ਕੀ ਹੈ ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ ਭਾਸ਼ਾ ਦੀਆਂ ਦੂਜੀਆਂ ਇਕਾਈਆਂ ਸ਼ਬਦ ਵਾਕੰਸ਼ ਅਤੇ ਉਪਵਾਕ ਇਸੇ ਵਿੱਚ ਹੀ ਸਮਾਈਆਂ ਹੁੰਦੀਆਂ ਹਨ ਭਾਗ ਕੀ ਵਾਕ ਨੂੰ ਭਾਸ਼ਾ ਦੀ ਵਿਆਕਰਨਿਕ ਪੱਧਰ ਉੱਤੇ ਸਭ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਤੇ ਭਾਸ਼ਾ ਦਿਆਂ ਜਿਹੜੇ ਕਿ ਦੂਜੇ ਇਕਾਈਆਂ ਨੇ ਜਿਵੇਂ ਸ਼ਬਦ ਵਾਕਾਂਸ਼ ਅਤੇ ਉਪਵਾਕ ਇਹ ਸਾਰੇ ਹੀ ਵਾਕ ਦੇ ਵਿੱਚ ਸਮਾਏ ਹੁੰਦੇ ਹਨ ਹਾਂਜੀ ਸਟੂਡੈਂਟਸ ਅੱਗੇ ਮੈਂ ਤੁਹਾਨੂੰ ਜਿਹੜੇ ਕਿ ਵਾਕ ਦੇ ਅੰਗ ਉਦੇਸ਼ ਅਤੇ ਵਿਦੇ ਬਾਰੇ ਜਿਹੜੇ ਕਿ ਦੱਸੂਗੀ ਕਿ ਉਦੇਸ਼ ਤੇ ਵਿਦੇ ਕੀ ਹੁੰਦੇ ਨੇ ਵਿਆਕਰਨ ਵਿੱਚ ਵਾਕ ਨੂੰ ਉਦੇਸ਼ ਅਤੇ ਵਿਦੇ ਵਿੱਚ ਵੰਡ ਕੇ ਅਧਿਐਨ ਕੀਤਾ ਜਾਂਦਾ ਹੈ ਇਹ ਦੋਵੇਂ ਵਾਕ ਦੇ ਜ਼ਰੂਰੀ ਅੰਗ ਹਨ ਹੁਣ ਉਦੇਸ਼ ਹੁੰਦਾ ਕੀ ਹੈ ਇਹ ਹਮੇਸ਼ਾ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਜਿੰਨਾ ਨਾਵਾਂ ਨਾਲ ਨੇ ਸਵੰਦਕ ਦੀ ਵਰਤੋਂ ਹੁੰਦੀ ਹੈ ਉਹ ਉਦੇਸ਼ ਦੇ ਘੇਰੇ ਵਿੱਚ ਆਉਂਦਾ ਹੈ ਉਦੇਸ਼ ਨੂੰ ਵਿਸਤਾਰ ਦੇਣ ਲਈ ਵਿਸ਼ੇਸ਼ਣ ਆਧਰਵਾਚੀ ਤੇ ਦਵਾਵਾਚੀ ਸ਼ਬਦ ਜਿਵੇਂ ਜੀ ਵੀ ਹੀ ਇਹ ਸ਼ਬਦ ਵੀ ਜਿਹੜੇ ਕਿ ਇਸੇ ਸ਼੍ਰੇਣੀ ਦੇ ਵਿੱਚ ਆਉਂਦੇ ਹਨ ਆਧੁਨਿਕ ਵਿਆਕਰਨ ਵਿੱਚ ਉਦੇਸ਼ ਨੂੰ ਨਾ ਵਕੰਸ਼ ਵਜੋਂ ਵੀ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਹੜੇ ਕਿ ਆਧੁਨਿਕ ਵਿਆਕਰਨ ਵਿੱਚ ਉਦੇਸ਼ ਨੂੰ ਨਾ ਵਕੰਸ਼ ਵਜੋਂ ਵੀ ਜਿਹੜੇ ਕਿ ਇਹਨੂੰ ਪਰਿਭਾਸ਼ਿਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਅੱਗੇ ਜਿਹੜੇ ਕਿ ਮੈਂ ਤੁਹਾਨੂੰ ਉਦੇਸ਼ ਦੀਆਂ ਉਦਾਹਰਨਾਂ ਦੇ ਕੇ ਜਿਹੜੇ ਕਿ ਸਮਝਾ ਰਹੀਆਂ ਕਿ ਉਦੇਸ਼ ਹੁੰਦਾ ਕੀ ਆ ਹਾਂਜੀ ਸਟੂਡੈਂਟਸ ਹੁਣ ਆਪਾਂ ਇਸ ਉਦਾਹਰਨ ਦੇ ਵਿੱਚੋਂ ਜਿਹੜੇ ਕਿ ਮੈਂ ਤੁਹਾਨੂੰ ਦੱਸੂਗੀ ਕਿ ਉਦੇਸ਼ ਨੂੰ ਕਿਸ ਤਰੀਕੇ ਨਾਲ ਨਿਖੇੜਿਆ ਜਾ ਸਕਦਾ ਇਸ ਵਾਕ ਦੇ ਵਿੱਚੋਂ ਕਿਸ ਤਰੀਕੇ ਨਾਲ ਆਪਾਂ ਉਦੇਸ਼ ਨੂੰ ਜਿਹੜਾ ਕਿ ਪਛਾਣ ਸਕਦੇ ਹਾਂ ਕਿ ਇਸ ਵਾਕ ਦੇ ਵਿੱਚ ਉਦੇਸ਼ ਕਿਹੜਾ ਤਾਂ ਵਾਕ ਆ ਬੱਚੇ ਪੜ ਰਹੇ ਹਨ ਤਾਂ ਇਸ ਦੇ ਵਿੱਚ ਜਿਹੜਾ ਕਿ ਉਦੇਸ਼ ਆ ਉਹ ਬੱਚੇ ਆ ਬੱਚੇ ਉਦੇਸ਼ ਕਿਵੇਂ ਆ ਜਿਵੇਂ ਮੈਂ ਤੁਹਾਨੂੰ ਦੱਸੀ ਹੈ ਕਿ ਵਾਕ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਜਿਹੜਾ ਕਿ ਉਦੇਸ਼ ਹੁੰਦਾ ਤੇ ਉਦੇਸ਼ ਆ ਜਿਹੜਾ ਕਿ ਆਧੁਨਿਕ ਵਿਆਕਰਨ ਦੇ ਵਿੱਚ ਨਾਵਾਕਨ ਸ਼ਬਜੋ ਵੀ ਪ੍ਰਵਾਸ਼ਿਤ ਕੀਤਾ ਜਾਂਦਾ ਤਾਂ ਬੱਚੇ ਜਿਹੜਾ ਕਿ ਉਦੇਸ਼ ਆ ਗਿਆ ਤੇ ਬੱਚੇ ਕੀ ਇੱਥੇ ਕਰਤਾ ਤਾਂ ਵਾਕ ਦੇ ਸ਼ੁਰੂ ਦੇ ਵਿੱਚ ਜੋ ਕਰਤਾ ਹੁੰਦਾ ਉਹਨੂੰ ਆਪਾਂ ਉਦੇਸ਼ ਕਹਿੰਦੇ ਹਾਂ ਤਾਂ ਇਸ ਵਾਕ ਦੇ ਵਿੱਚ ਬੱਚੇ ਜਿਹੜਾ ਕਿ ਉਦੇਸ਼ ਆ ਗਿਆ ਹਾਂਜੀ ਅੱਗੇ ਸਟੂਡੈਂਟਸ ਦੂਜੀ ਉਦਾਹਰਨ ਹੈ ਪੰਛੀ ਆਸਮਾਨ ਵਿੱਚ ਉੱਡ ਰਹੇ ਹਨ ਤੇ ਇਹਦੇ ਵਿੱਚ ਦੱਸਣਾ ਹੈ ਆਪਣੇ ਕਿ ਉਦੇਸ਼ ਕੀ ਹੈ ਹਾਂਜੀ ਸਟੂਡੈਂਟ ਤੁਸੀਂ ਸੋਚੋ ਕਿ ਇਹਦੇ ਵਿੱਚ ਉਦੇਸ਼ ਕਿਹੜਾ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਇੱਕ ਉਦਾਹਰਨ ਕਰਵਾਇ ਦਿੱਤੀ ਤੇ ਅੱਗੇ ਤੁਹਾਨੂੰ ਦੱਸਿਆ ਵੀ ਹੈ ਕਿ ਉਦੇਸ਼ ਕੀ ਹੈ ਹਾਂਜੀ ਆਈ ਹੋਪ ਤੁਸੀਂ ਜਿਹੜਾ ਕਿ ਸੋਚ ਲਿਆ ਹੋਣਾ ਕਿ ਉਦੇਸ਼ ਕਿਹੜਾ ਤਾਂ ਇਸ ਵਾਕ ਦੇ ਵਿੱਚ ਜਿਹੜਾ ਕਿ ਉਦੇਸ਼ ਆ ਉਹ ਪੰਛੀ ਸ਼ਬਦ ਹੈ ਇਸ ਵਾਕ ਦੇ ਵਿੱਚ ਉਦੇਸ਼ ਆ ਪੰਛੀ ਹਾਂਜੀ ਸਟੂਡੈਂਟਸ ਅੱਗੇ ਵਿਦੇ ਉਦੇਸ਼ ਵਾਰੇ ਜੋ ਕੁਝ ਕਿਹਾ ਜਾਵੇ ਉਸ ਨੂੰ ਵਿਦੇ ਕਹਿੰਦੇ ਹਨ ਭਾਵ ਕਿ ਵਾਕ ਦੇ ਵਿੱਚ ਉਦੇਸ਼ ਵਾਰੇ ਜੋ ਕੁਝ ਵੀ ਕਿਹਾ ਜਾਂਦਾ ਉਸ ਨੂੰ ਵਿਦੇ ਕਿਹਾ ਜਾਂਦਾ ਹੈ ਉਦੇਸ਼ ਦੇ ਮੁਕਾਬਲੇ ਵਿਦੇ ਵੱਧ ਜਟਿਲ ਵਿਆਕਰਨਿਕ ਇਕਾਈ ਹੈ ਉਦੇਸ਼ ਵਿੱਚ ਜਿੱਥੇ ਸਿਰਫ ਇੱਕੋ ਨਾਵਦਤ ਵਿਚਰਦਾ ਹੈ ਉਸ ਦੇ ਮੁਕਾਬਲੇ ਵਿਦੇ ਵਿੱਚ ਇੱਕ ਤੋਂ ਵੱਧ ਨਾਵ ਤੱਤ ਵਿਚਰ ਸਕਦੇ ਹਨ ਵਿਦੇ ਦਾ ਕਿਰਿਆ ਜਾਂ ਕਿਰਿਆਵਾਕੰਸ਼ ਤਾਂ لازਮੀ ਤੱਤ ਹੈ ਪਰ ਇਸ ਵਿੱਚ ਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਸੰਬੰਧਕ ਆਦ ਤੱਤ ਵਿਚਰਦੇ ਹਨ ਭਾਵ ਕੀ ਜਿਹੜਾ ਕਿ ਉਦੇਸ਼ ਦੇ ਵਿੱਚ ਜਿੱਥੇ ਸਿਰਫ ਤੋਂ ਸਿਰਫ ਇੱਕ ਨਾਵ ਤੱਤ ਵਿਚਰਦਾ ਇਸ ਦੇ ਮੁਕਾਬਲੇ ਵਿਦੇ ਵਿੱਚ ਇੱਕ ਤੋਂ ਵੱਧ ਨਾਵ ਤੱਤ ਵਿਚਰਦੇ ਨੇ ਤੇ ਇਸ ਤੋਂ ਇਲਾਵਾ ਵਿਦੇ ਦੇ ਵਿੱਚ ਕਿਰਿਆ ਕਿਰਿਆਵਾਕਨਸ਼ ਤਾਂ ਇਹ ਲਾਜ਼ਮੀ ਹੁੰਦਾ ਹੀ ਹੈ ਪਰ ਇਸ ਤੋਂ ਇਲਾਵਾ ਇਹਦੇ ਵਿੱਚ ਨਾਵ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਤੇ ਸੰਬੰਧਕ ਇਹ ਤੱਤ ਵੀ ਜਿਹੜੇ ਕਿ ਵਿਚਰਦੇ ਨੇ ਹਾਂਜੀ ਸਟੂਡੈਂਟਸ ਅੱਗੇ ਮੈਂ ਤੁਹਾਨੂੰ ਇਸ ਦੀਆਂ ਉਦਾਹਰਣਾਂ ਕਰਵਾਉਂਗੀ ਹੁਣ ਹਾਂਜੀ ਸਟੂਡੈਂਟਸ ਅੱਗੇ ਜਿਹੜੇ ਕਿ ਇਹਨਾਂ ਦੇ ਉਦਾਹਰਣਾਂ ਨੇ ਕੁੜੀ ਫੁਲਕਾਰੀ ਕੱਢ ਰਹੀ ਹੈ ਤਾਂ ਇਸ ਵਾਕ ਦੇ ਵਿੱਚ ਜਿਹੜਾ ਕਿ ਆਪਾਂ ਨੇ ਵਿਦੇ ਨਖੇੜਨਾ ਵਿਦੇ ਨੂੰ ਨਖੇੜਨ ਦੇ ਲਈ ਸਭ ਤੋਂ ਪਹਿਲਾਂ ਇਹਦੇ ਵਾਕ ਦੇ ਵਿੱਚੋਂ ਆਪਾਂ ਉਦੇਸ਼ਣ ਖੇੜਾਂਗੇ ਕਿਉਂਕਿ ਆਪਾਂ ਨੇ ਜਿਵੇਂ ਕਿਹਾ ਹੀ ਹੈ ਕਿ ਵਿਦੇ ਕੀ ਹੁੰਦਾ ਵਿਦੇ ਉਹ ਹੁੰਦਾ ਹੈ ਉਦੇਸ਼ ਵਾਰੇ ਜੋ ਕੁਝ ਵੀ ਵਾਕ ਦੇ ਵਿੱਚ ਕਿਹਾ ਜਾਂਦਾ ਉਹ ਵਿਦੇ ਹੁੰਦਾ ਤਾਂ ਹਾਂਜੀ ਸਟੂਡੈਂਟਸ ਜੇ ਆਪਾਂ ਵਾਕ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਕਿ ਉਦੇਸ਼ ਨੂੰ ਨਿਖੇੜ ਲਾਂਗੇ ਤਾਂ ਵਾਕੀ ਜਿਹੜਾ ਵਾਕ ਦਾ ਹਿੱਸਾ ਰਹਿ ਜਾਊਗਾ ਉਹ ਵਿਦੇ ਹੋ ਜਾਊਗਾ ਵਿਦੇ ਨੂੰ ਜਿਹੜਾ ਕਿ ਨਿਖੇੜਨਾ ਸੌਖਾ ਹੋ ਜਾਊਗਾ ਤਾਂ ਵਾਕ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਉਦੇਸ਼ ਨਿਖੇੜਾਂਗੇ ਤਾਂ ਵਾਕ ਦੇ ਵਿੱਚ ਉਦੇਸ਼ ਕੀ ਹੈ ਹਾਂਜੀ ਤੁਸੀਂ ਸੋਚੋ ਵਾਕ ਦੇ ਵਿੱਚ ਉਦੇਸ਼ ਕੀ ਹੋਊਗਾ ਵਾਕ ਦੇ ਵਿੱਚ ਉਦੇਸ਼ ਹੋਊਗਾ ਕੁੜੀ ਕਿਉਂਕਿ ਇਹ ਜਿਹੜਾ ਕਿ ਵਾਕ ਦੇ ਸ਼ੁਰੂ ਦੇ ਵਿੱਚ ਹੈ ਤੇ ਇੱਕ ਨਾਵਾਕੰਸ਼ ਦੇ ਵਿੱਚੋਂ ਆ ਰਿਹਾ ਤਾਂ ਕੁੜੀ ਕੀ ਹੋ ਗਿਆ ਆਪਣਾ ਉਦੇਸ਼ ਹੋ ਗਿਆ ਤਵਾਕ ਦੇ ਵਿੱਚ ਹੁਣ ਕੁੜੀ ਬਾਰੇ ਕੀ ਕਿਹਾ ਗਿਆ ਉਹ ਸਾਰਾ ਕੀ ਹੋ ਗਿਆ ਆਪਣਾ ਵਿਦੇ ਹੋ ਗਿਆ ਤਾਂ ਵਿਦੇ ਕੀ ਹੁੰਦਾ ਵਾਕ ਦੇ ਵਿੱਚ ਉਦੇਸ਼ ਬਾਰੇ ਜੋ ਕਿਹਾ ਜਾਂਦਾ ਉਹ ਕੀ ਹੁੰਦਾ ਵਿਦੇ ਹੁੰਦਾ ਤਾਂ ਕੁੜੀ ਇੱਥੇ ਕੀ ਹੋ ਗਿਆ ਆਪਣਾ ਉਦੇਸ਼ ਹੈ ਤਾਂ ਵਾ ਅੱਗੇ ਜਿਹੜਾ ਕਿ ਫੁਲਕਾਰੀ ਕੱਢ ਰਹੀ ਏ ਕੀ ਹੋ ਗਿਆ ਆਪਣਾ ਵਿਦੇ ਇਸ ਤਰੀਕੇ ਨਾਲ ਜਿਹੜਾ ਕਿ ਆਪਾਂ ਵਾਕ ਦੇ ਵਿੱਚ ਉਦੇਸ਼ ਤੇ ਵਿਦੇ ਨੂੰ ਨਖੇੜ ਸਕਦੇ ਹਾਂ ਹਾਂਜੀ ਹੁਣ ਦੂਜਾ ਉਦਾਹਰਣ ਦੇਖੋ ਮਾਂ ਰੋਟੀ ਪਕਾ ਰਹੀ ਹੈ ਇਸ ਵਾਕ ਦੇ ਵਿੱਚੋਂ ਵੀ ਆਪਾਂ ਨੇ ਵਿਦੇ ਨਖੇੜਨਾ ਵਿਦੇ ਨੂੰ ਨਖੇੜਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਉਦੇਸ਼ ਨਖੇੜਾਂਗੇ ਵਾਕ ਦੇ ਵਿੱਚੋਂ ਵਾਕ ਦੇ ਵਿੱਚੋਂ ਉਦੇਸ਼ ਕੀ ਹੈ ਮਾਂ ਮਾਂ ਜਿਹੜਾ ਸ਼ਬਦ ਹੈ ਇਹ ਵਾਕ ਦੇ ਵਿੱਚ ਕੀ ਆ ਉਦੇਸ਼ ਹੈ ਤਾਂ ਬਾਕੀ ਜਿਹੜਾ ਹਿੱਸਾ ਬਚ ਗਿਆ ਉਹ ਕੀ ਹੋ ਗਿਆ ਵਿਦੇ ਹੈ ਤਾਂ ਇਸ ਵਾਕ ਦੇ ਵਿੱਚ ਮਾਂ ਸ਼ਬਦ ਹੈ ਜਿਹੜਾ ਕਿ ਉਦੇਸ਼ ਹੈ ਤੇ ਰੋਟੀ ਪਕਾ ਰਹੀ ਹੈ ਉਹ ਕੀ ਹੋ ਗਿਆ ਵਿਦੇ ਹੈ ਕਿਉਂਕਿ ਇਸ ਦੇ ਵਿੱਚ ਦੱਸਿਆ ਗਿਆ ਕਿ ਮਾਂ ਜਿਹੜਾ ਕਿ ਕੀ ਕੰਮ ਕਰ ਰਹੀ ਆ ਉਦੇਸ਼ ਆ ਜਿਹੜਾ ਕਿ ਕੀ ਕਰ ਰਿਹਾ ਉਦੇਸ਼ ਵਾਰੇ ਦੱਸਿਆ ਗਿਆ ਕਿ ਉਹ ਕੀ ਕਰ ਰਿਹਾ ਤਾਂ ਉਹ ਕੀ ਹੈ ਰੋਟੀ ਪਕਾ ਰਹੀ ਹੈ ਤਾਂ ਇਹ ਕੀ ਹੋ ਗਿਆ ਵਿਦੇ ਹੈ ਹਾਂਜੀ ਸਟੂਡੈਂਟਸ ਅੱਗੇ ਤੀਜੀ ਉਦਾਹਰਣ ਹੈ ਇਹ ਵਾਕ ਹੈ ਬੱਚੇ ਫੁੱਟਵਾਲ ਖੇਡ ਰਹੇ ਹਨ ਤਾ ਇਸ ਦੇ ਵਿੱਚੋਂ ਵੀ ਆਪਾਂ ਉਦੇਸ਼ ਤੇ ਵਿਦੇ ਨਖੇੜਨਾ ਤਾਂ ਉਦੇਸ਼ ਇਹਦੇ ਵਿੱਚ ਕੀ ਹੋ ਜੂਗਾ ਹਾਂਜੀ ਆਈ ਹੋਪ ਤੁਸੀਂ ਸਾਰਿਆਂ ਨੇ ਜਿਹੜੇ ਕੀ ਸੋਚ ਲਿਆ ਹੋਣਾ ਕਿ ਉਦੇਸ਼ ਕੀ ਹੈ ਇਹਦੇ ਵਿੱਚ ਤੇ ਵਿਦੇ ਕੀ ਹੈ ਤਾਂ ਉਦੇਸ਼ ਇਹਦੇ ਵਿੱਚ ਕੀ ਹੈ ਬੱਚੇ ਬੱਚੇ ਸ਼ਬਦ ਆ ਜਿਹੜਾ ਕੀ ਉਦੇਸ਼ ਆ ਬਾਕੀ ਸਾਰਾ ਹਿੱਸਾ ਵਾਕ ਦਾ ਕੀ ਹੋ ਗਿਆ ਵਿਦੇ ਹੈ ਤਾਂ ਵਿਦੇ ਕੀ ਹੋ ਗਿਆ ਫੁੱਟਬਾਲ ਖੇਡ ਰਹੇ ਹਨ ਇਹ ਸਾਰਾ ਹਿੱਸਾ ਕੀ ਹੋ ਗਿਆ ਵਿਦੇ ਹੈ ਹਾਂਜੀ ਸਟੂਡੈਂਟਸ ਅੱਗੇ ਜਿਹੜੇ ਕਿ ਉਦੇਸ਼ ਤੇ ਵਿਦੇ ਤੋਂ ਬਾਅਦ ਅੱਗੇ ਵਾਕ ਦੀ ਸ਼੍ਰੇਣੀਵੰਡ ਬਾਰੇ ਦੱਸਾਂਗੀ ਮੈਂ ਤੁਹਾਨੂੰ ਵਾਕਾਂ ਦੀ ਸ਼੍ਰੇਣੀਵੰਡਾ ਜਿਹੜੇ ਕਿ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਵਾਕਾਂ ਦੀ ਵੰਤਰ ਦੇ ਆਧਾਰ ਉੱਤੇ ਵੰਡ ਤੇ ਦੂਜੀਆਂ ਕਾਰਜ ਦੇ ਆਧਾਰ ਉੱਤੇ ਵਾਕ ਵੰਡ ਵਾਕਾਂ ਦੀ ਜਦੋਂ ਵੰਤਰ ਦੇ ਆਧਾਰ ਉੱਤੇ ਵੰਡ ਹੁੰਦੀ ਹੈ ਤਾਂ ਵਾਕ ਜਿਹੜੇ ਕਿ ਤਿੰਨ ਕਿਸਮ ਦਾ ਹੁੰਦਾ ਹੈ ਸਧਾਰਨ ਵਾਕ ਸੰਯੁਕਤ ਵਾਕ ਤੇ ਮਿਸ਼ਰਤ ਵਾਕ ਉਸ ਤੋਂ ਅੱਗੇ ਜੇ ਵਾਕਾਂ ਦੇ ਕਾਰਜ ਦੇ ਆਧਾਰ ਉੱਤੇ ਵਾਕ ਵੰਡ ਹੁੰਦੀ ਹੈ ਤਾਂ ਵਾਕਾਂ ਦੀਆਂ ਜਿਹੜੇ ਕਿ ਚਾਰ ਕਿਸਮਾਂ ਨੇ ਹਾਂ ਵਾਚਕ ਵਾਕ ਨਾ ਵਾਚਕ ਵਾਕ ਪ੍ਰਸ਼ਨ ਵਾਚਕ ਵਾਕ ਵਿਸਮੇ ਵਾਚਕ ਵਾਕ ਤੇ ਸਟੂਡੈਂਟਸ ਜਿਹੜੇ ਕਿ ਵਾਕ ਦੀ ਸ਼੍ਰੇਣੀ ਵੰਡ ਦੀ ਜਿਹੜੀ ਕਿ ਵਾਕ ਦੀ ਅੱਗੇ ਕਿਸਮਾਂ ਨੇ ਇਹ ਮੈਂ ਤੁਹਾਨੂੰ ਜਿਹੜੇ ਕਿ ਨੈਕਸਟ ਵੀਡੀਓ ਦੇ ਵਿੱਚ ਉਦਾਹਰਨਾਂ ਸਹਿਤ ਸਮਝਾਉਂਗੀ ਤੇ ਤੁਸੀਂ ਨੈਕਸਟ ਵੀਡੀਓ ਨੂੰ ਜਿਹੜਾ ਕਿ ਜ਼ਰੂਰ ਦੇਖਿਓ ਤੇ ਆਈ ਹੋਪ ਸਟੂਡੈਂਟ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਤੇ ਵੱਧ ਤੋਂ ਵੱਧ ਜਿਹੜੇ ਕਿ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਥੈਂਕਸ